ਨਸ਼ੇ ਨਾਲ 24 ਸਾਲਾ ਪੁਲਿਸ ਮੁਲਾਜ਼ਮ ਦੀ ਹੋਈ ਮੌਤ। ਖੇਤਾਂ ਵਿੱਚੋਂ ਮਿਲੀ ਨੌਜਵਾਨ ਪੁਲਿਸ ਮੁਲਾਜ਼ਮ ਦੀ ਲਾਸ਼। ਮਾਪਿਆਂ ਦਾ ਸੀ ਇਕਲੌਤਾ ਪੁੱਤ। ਤਾਂ ਦੱਸ ਦੇ ਕਿ ਨਸ਼ੇ ਦੇ ਨਾਲ ਇੱਕ 24 ਸਾਲਾ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਹੈ। ਤਾਂ ਖੇਤਾਂ ਦੇ ਵਿੱਚੋਂ ਉਸਦੀ ਲਾਸ਼ ਮਿਲੀ ਹੈ। ਤਾਂ ਮਿਲੀ ਜਾਣਕਾਰੀ ਅਨੁਸਾਰ ਇਹ ਮਾਪਿਆਂ ਦਾ ਇਕਲੌਤਾ ਪੁੱਤ ਸੀ, ਜਿਸ ਦਾ ਨਾਮ ਗੁਰਸੇਵਕ ਸਿੰਘ ਦੱਸਿਆ ਜਾ ਰਿਹਾ। ਤਾਂ ਦੱਸ ਦਈਏ ਕਿ ਇਸ ਦੇ ਪਿਤਾ ਦੀ ਕੁਝ ਸਮੇਂ ਪਹਿਲਾਂ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਪਿਤਾ ਦੀ ਨੌਕਰੀ ਗੁਰਸੇਵਕ ਸਿੰਘ ਨੂੰ ਮਿਲੀ ਸੀ, ਪਰ ਨਸ਼ੇ ਕਰਨ ਦਾ ਆਦੀ ਸੀ, ਛੁੱਟੀਆਂ 'ਤੇ ਘਰ ਆਇਆ ਹੋਇਆ ਸੀ। ਤਾਂ ਇਸ ਦੌਰਾਨ ਉਸਦੇ ਵੱਲੋਂ ਨਸ਼ੇ ਦਾ ਟੀਕਾ ਲਗਾਇਆ ਗਿਆ ਅਤੇ ਉਸਦੀ ਮੌਤ ਹੋ ਜਾਂਦੀ ਹੈ, ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭਿਜਵਾ ਦਿੱਤਾ ਜਾਂਦਾ ਹੈ। ਤਾਂ ਦੱਸ ਦਈਏ ਕਿ ਪੰਜਾਬ ਦੇ ਵਿੱਚ ਦਿਨੋਂ ਦਿਨ ਨਸ਼ਾ ਵੱਧਦਾ ਜਾ ਰਿਹਾ ਹੈ ਅਤੇ ਪੰਜਾਬ ਦੀ ਜਵਾਨੀ ਬਰਬਾਦ ਹੁੰਦੀ ਜਾ ਰਹੀ ਹੈ। ਤਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਹਲਕਾ ਅਜਨਾਲਾ ਦੇ ਵਿੱਚ ਇਹ 24 ਸਾਲਾ ਨੌਜਵਾਨ ਰਹਿੰਦਾ ਸੀ ਅਤੇ ਪੁਲਿਸ ਮੁਲਾਜ਼ਮ ਸੀ, ਅਤੇ ਨਸ਼ੇ ਦੇ ਕਾਰਨ ਇਸਦੀ ਮੌਤ ਹੋ ਗਈ ਹੈ। ਤਾਂ ਜਿਸ ਦੀ ਲਾਸ਼ ਖੇਤਾਂ ਦੇ ਵਿੱਚੋਂ ਮਿਲੀ, ਪੁਲਿਸ ਦੇ ਵੱਲੋਂ ਹੁਣ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭਿਜਵਾ ਦਿੱਤਾ ਹੈ। ਤਾਂ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਗੁਰਸੇਵਕ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਲੁਧਿਆਣੇ ਦੇ ਵਿੱਚ ਡਿਊਟੀ ਕਰਦਾ ਸੀ ਅਤੇ ਉਹ ਹੁਣ ਘਰ ਆਇਆ ਹੋਇਆ ਸੀ, ਜਿੱਥੇ ਉਸਨੇ ਨਸ਼ੇ ਦਾ ਟੀਕਾ ਲਗਾਇਆ ਅਤੇ ਉਸਦੀ ਮੌਤ ਹੋ ਗਈ। ਉਹਨਾਂ ਕਿਹਾ ਕਿ ਗੁਰਸੇਵਕ ਸਿੰਘ ਨਸ਼ੇ ਕਰਨ ਦਾ ਆਦੀ ਸੀ ਅਤੇ ਉਸਦੀ ਗਲਤ ਸੰਗਤ ਨੇ ਉਸਨੂੰ ਨਸ਼ੇ ਦੇ ਵਿੱਚ ਧਕੇਲ ਦਿੱਤਾ। ਤਾਂ ਉਹਨਾਂ ਕਿਹਾ ਕਿ ਗੁਰਸੇਵਕ ਸਿੰਘ ਦੇ ਪਿਤਾ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਪਿਤਾ ਦੀ ਡਿਊਟੀ ਦੀ ਨੌਕਰੀ ਗੁਰਸੇਵਕ ਸਿੰਘ ਨੂੰ ਮਿਲੀ ਸੀ। ਤਾਂ ਉਹਨਾਂ ਮੰਗ ਕੀਤੀ ਕਿ ਨਸ਼ੇ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਮੈਂ ਲੜਕੇ ਦਾ ਤਾਇਆ ਜੀ ਹਾਂ। ਗੁਰਸੇਵਕ ਸਿੰਘ ਹੈ ਜੀ। ਇਹ ਨਸ਼ੇ ਦੇ ਟੀਕਾ ਲਾ ਕੇ ਜੀ ਮੌਤ ਹੋਈ ਹੈ ਕਿਉਂਪੁਰ, ਉੱਥੇ ਤੇੜਾ ਕਲਾਂ ਦਾ ਮੁੰਡਾ ਅਤੇ ਕਿਉਂਪੁਰ ਮੌਤ ਹੋਈ ਹੈ। ਹਾਂਜੀ, ਇਹ ਪੰਜਾਬ ਪੁਲਿਸ ਦੇ ਵਿੱਚ ਡਿਊਟੀ ਕਰਦਾ ਸੀ ਲੜਕਾ, ਅਤੇ ਪਰਸੋਂ ਹੀ ਆਪਣੇ ਤਾਈ ਜੀ ਦਾ ਭੋਗ ਪਾਇਆ ਅਤੇ ਘਰ ਸੀ, ਛੁੱਟੀ 'ਤੇ ਸੀਗਾ ਅਤੇ ਅੱਜ ਕੇਸ ਹੋਇਆ। ਨਸ਼ੇ ਦਾ ਚੋਰੀ ਛੱਪੀ ਪਤਾ ਤਾਂ ਕਿੰਨੇ ਸਾਨੂੰ ਪਤਾ ਨਹੀਂ, ਨਸ਼ੇ ਦਾ ਪੱਕਾ ਵੇਖ ਕਿੰਨੇ ਚਾਹੀਦਾ, ਚੋਰੀ ਛੱਪੀ ਪਹਿਲੇ ਤਾਂ ਕਰਦਾ ਸੀਗਾ ਜੀ। ਅੱਜ ਇਸ ਤਰ੍ਹਾਂ ਪਤਾ ਲੱਗਾ ਕਿ ਫਿਰ ਉਹ ਜਦੋਂ ਪੂਰਾ ਹੋ ਗਿਆ ਤੇ ਇਸ ਚੀਜ਼ ਦੇ ਵਿੱਚ ਤੁਹਾਨੂੰ ਕਿੱਦਾਂ ਪਤਾ ਲੱਗਾ ਨਸ਼ੇ ਨਹੀਂ ਮਰਿਆ? ਸਾਨੂੰ ਇਹ ਥੋੜ੍ਹਾ ਜਿਹਾ ਸ਼ੱਕ ਸੀ ਵੀ ਇਹ ਨਸ਼ਾ ਲੜਕਾ ਕਿਤੇ ਕਿਤੇ ਕਰਦਾ, ਹਾਂਜੀ, ਇਸ ਕਰਕੇ ਇਹ ਹੋਇਆ ਜੀ। ਮੇਰਾ ਪੁੱਤਰ ਆ ਜੇ, ਇਹਨੇ ਨਸ਼ੇ ਦੇ ਤੌਰ 'ਤੇ ਟੀਕਾ ਲਾਇਆ, ਸਿੱਧੀ ਗੱਲ ਆ, ਨਸ਼ਾ ਕੀਤਾ ਹੈ, ਅਤੇ ਸਾਡੇ ਪਿੰਡ ਦੇ ਵਿੱਚ ਸਾਡੇ ਗੁਆਂਢ ਇੰਨੀ ਕੁ ਜ਼ਿਆਦਾ ਤਿੰਨੇ ਪਿਓ ਪੁੱਤ ਸਮੈਕ ਵੇਚਣ ਡਿਆ, ਅਤੇ ਸਾਡੇ ਲਾਗੇ ਕਿਆਂਪੁਰ ਪਿੰਡ ਆ, ਉੱਥੇ ਵੀ ਪੰਨਾ ਨਾ ਭਾਵੇਂ ਲੈ ਲਓ, ਕਾਮਲਪੁਰੇ ਚਲ ਜਾਓ, ਕੋਈ ਹੱਦ ਨਹੀਂ, ਪੁਲਿਸ ਫੜਦੀ ਆ, ਪੈਸੇ ਲੈਂਦੀ ਆ ਅਤੇ ਬੰਦਾ ਛੱਡ ਦਿੰਦੀ ਆ, ਉਹਨਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾ। ਇਹ ਆ ਨਸ਼ੇ 'ਤੇ ਬੰਨ ਪਾਉਣਾ ਚਾਹੀਦਾ, ਗਾਂ ਆਉਣ ਵਾਲੀ ਪੀੜ੍ਹੀ ਨਹੀਂ ਜੇ ਰੋਂਦੀ ਮਰਜੂ। ਮਹਾ ਜੀ ਅੰਤ ਕੋਈ ਨਹੀਂ, ਕਈ ਵਾਰੀ ਪੁਲਿਸ ਨੇ ਫੜਿਆ ਸਾਡੇ ਪਿੰਡ ਵਾਲਿਆਂ ਨੂੰ, ਅਤੇ ਉਹਨਾਂ ਨੂੰ ਫਿਰ ਅੱਜ ਥਾਣੇ ਨਹੀਂ ਪਹੁੰਚਦੇ ਨਾ, ਮਗਰ ਬੰਦੇ ਪਹੁੰਚ ਜਾਂਦੇ, ਪੈਸੇ ਲੈਂਦੇ ਅਤੇ ਛੱਡ ਦਿੰਦੇ ਨੇ। ਇੱਕ ਵਾਰੀ ਸ਼ਿਕਾਇਤ ਹੋਈ ਹੈ, 50 ਵਾਰੀ ਸ਼ਿਕਾਇਤ ਹੋਈ ਹੈ, ਪਤਾ ਨਹੀਂ ਅਸੀਂ ਕਿੱਥੇ ਕਿੱਥੇ ਸ਼ਿਕਾਇਤਾਂ ਕਰ ਚੁੱਕੇ, ਕੋਈ ਸੁਣਾਈ ਨਹੀਂ ਹੈ, ਅਤੇ ਇਸ ਕਰਕੇ ਨਸ਼ੇ 'ਤੇ ਜਿਹੜਾ ਇਹ ਬੰਨ ਪਾਉਣਾ ਚਾਹੀਦਾ। ਅੱਜ ਸਾਨੂੰ ਪਤਾ ਲੱਗਿਆ ਸੀਗਾ ਕਿ ਕਿਆਂਪੁਰ ਦੇ ਕੋਲ ਇੱਕ ਬੰਦੇ ਦੀ ਡੈਡ ਬੋਡੀ ਪਈ ਹੈ। ਜਦੋਂ ਉਹਦੀ ਪਹਿਚਾਣ ਕੀਤੀ ਗਈ ਤਾਂ ਉਹ ਗੁਰਸੇਵਕ ਸਿੰਘ, ਜੋ ਕਿ ਲੁਧਿਆਣਾ ਪੁਲਿਸ ਦੇ ਵਿੱਚ ਬਤੌਰ ਕਾਂਸਟੇਬਲ ਡਿਊਟੀ ਕਰ ਰਿਹਾ ਸੀ, ਉਹ ਹੈ ਸੀ, ਉਹਦੀ ਡੈਡ ਬੋਡੀ ਕਬਜ਼ੇ 'ਚ ਲੈ ਲਈ ਹੈ ਅਤੇ ਕੱਲ੍ਹ ਪੋਸਟਮਾਰਟਮ ਕਰਾ ਕੇ ਉਹਦੇ ਡੈਥ ਦਾ ਜਿਹੜਾ ਹੈਗਾ
ਪਤਾ ਲਾਇਆ ਜਾਊਗਾ ਵੀ ਕਾਰਨ ਕੀ ਸੀ ਦਿੱਤਾ। ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਨਸ਼ੇ ਦੇ ਨਾਲ ਉਹਦੀ ਮੌਤ ਹੋਈ ਹੈ? ਨਹੀਂ, ਉੱਥੇ ਕੋਈ ਵੀ ਸਰਿੰਜ ਵਗੈਰਾ ਸਾਨੂੰ ਨਹੀਂ ਮਿਲੀ। ਜਿਹੜੇ ਪੱਤਰਕਾਰ ਪਹਿਲਾਂ ਉੱਥੇ ਮੌਕੇ 'ਤੇ ਸੀ ਉਹਨਾਂ ਨੂੰ ਵੀ ਪੁੱਛ ਲਿਆ ਮੈਂ, ਬਾਕੀ ਹੋਰ ਪਬਲਿਕ ਨੂੰ ਵੀ ਪੁੱਛ ਲਿਆ, ਆਪ ਵੀ ਸਰਚ ਕੀਤੀ, ਸਰਿੰਜ ਵਗੈਰਾ ਨਹੀਂ ਮਿਲੀ। ਕੌਜ਼ ਆਫ ਡੈਥ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ। ਠੀਕ।